अपने घरां दे मसले सॉल्व करा लो जी, अपने घरेलू मसले सॉल्व करा लो जी, लैके आओ जी अपने अपने केस, क्योंकि मैं हाँ जी थोड़ी अपनी वकील सलोनी सरीन ते थोड़ा साड़ी कचहरी गल्लां विद गुलाबो दे विच बहुत बहुत स्वागत है जी। अज गल करांगे जी थोड़े केसां दी, जिहड़े थोड़े घरेलू मसले ने ओह सॉल्व करांगे, क्योंकि मैं कोई आम वकील नहीं हैगी। आ थोड़े डिवोर्स दे केस सॉल्व कराते, थोड़ा विआह नहीं हो रहा, उन्हां दा पैचअप कराता, इदां दे केस आपां नहीं सॉल्व कराने, जमीना दे झगड़े। मैं आज स्पेशल वकील, मेरे को इंटरनेशनल डिग्री हैगी है, तो डिग्री मैं खास तौर पर इस करके मिली है भी ये जिहड़े लोगों के घरेलू मसले ने आ कौन सॉल्व कराऊगा। हुण तुहानू पता है भी डॉक्टरां ते वकीलां तों बगैर साडी जिंदगी नहीं चल सकती, इन्हां दी लोड़ सानू पैंदी रहनी आ। ते मैं वेख्या भी कुछ कुछ ऐसे मसले साढ़े कोल आउंदे ने जिन्हां दा किसे वकील कोल कोई हल नहीं हैगा, कोई सोल्यूशन नहीं हैगा, उह तुसीं मेरे कोल लैके आउणा आ ते मैं तुहानू उहदा सोल्यूशन दसणा आ। फोन चकना है तो फोन करना है जी 3 4 7 2 5 2 1 2 3 2 ते दसने ने भी की ने थोड़े घरेलू मसले जिहड़े तुसीं सॉल्व नहीं कर पा रहे या जिहदे लई तुहानू वकील दी लोड़ आ। हाज़र हाँ जी, असी हुण वेख लो किन्ने किन्ने थोड़े सारे दे केस सॉल्व कराए ने। सूद साहब का एक केस आया सीगा जी, उन्हां दी वोटी ने उन्हां ते केस कीता आ भी ओ जिहड़े सूटां लई उन्हां नूं पैसे नहीं दे रहे, सूटां लई पैसे नहीं दे रहे अपनी वोटी नूं, उन्हां दा आपां केस झट सॉल्व कराया आ। अपने कॉलर नूं पुछिया जी उन्हां दा की केस चल रहा। हैलो हैलो सत श्री जी। सत श्रीकाल जी ਵਕੀਲ ਸਾਹਿਬ, ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ। ਹਾਂਜੀ, ਕਿ ਤੁਸੀਂ ਨਾ ਮੋਦੀ ਸਾਹਿਬ ਨੂੰ ਲੈ ਕੇ ਆਏ ਸੀ ਅੱਗੇ, ਹੈ ਨਾ? ਹਾਂਜੀ, ਜਾਂ ਫਿਰ ਇੱਕ ਵਾਰੀ ਬਾਦਲ ਸਾਹਿਬ ਨੂੰ ਲੈ ਆਇਓ। ਬਾਦਲ ਸਾਹਿਬ ਨੂੰ ਲੈ ਕੇ ਆਈਏ। ਅੱਛਾ, ਮੈਂ ਇਸ ਵਕਤ ਮੈਂ ਕੀ ਆਪਣੀ ਸਪੈਸੀਫਿਕੇਸ਼ਨ ਕਰ ਰਹੀ ਸੀ, ਮੈਂ ਜਿਹੜੀ ਪ੍ਰੈਕਟਿਸ ਕਰ ਰਹੀ ਸੀ ਉਹਦੇ 'ਚ ਕਰ ਰਹੀ ਸੀ ਵੀ ਤੁਹਾਡੇ ਜਿਹੜੇ ਘਰੇਲੂ ਮਸਲੇ ਨੇ, ਤੁਹਾਡੇ ਘਰਾਂ ਦੇ ਮਸਲੇ ਨੇ ਕਰਨੇ। ਫਿਰ ਸੋਚ ਲੋ ਇੱਕ ਵਾਰੀ ਜੇ ਕੋਈ ਘਰੇਲੂ ਮਸਲਾ ਹੈਗਾ ਤਾਂ। ਪਰ ਜੀ ਮੇਰਾ ਕੋਈ ਐਸਾ ਮਸਲਾ ਨਹੀਂ ਹੈਗਾ, ਜਿਹੜਾ ਕੋਈ ਛੋਟਾ ਮੋਟਾ ਮਸਲਾ ਮੇਰਾ ਕੋਈ ਹੈ ਨੀ, ਮੇਰਾ ਵੱਡਾ ਮਸਲਾ ਹੀ ਹੈ। ਵੱਡਾ ਮਸਲਾ ਜੀ, ਨੋਟ ਹੋ ਗਿਆ ਜੀ, ਤਰੀਕ ਤੁਹਾਨੂੰ ਦੱਸ ਦਾਂਗੇ ਜੀ, ਠੀਕ ਹੈ ਜੀ। ਹੋਰ ਕੋਈ ਸ਼ਿਕਾਇਤਾਂ ਹੋਣ ਤੁਹਾਨੂੰ? ਨਹੀਂ ਹੋਰ ਕੋਈ ਸ਼ਿਕਾਇਤਾਂ ਨਹੀਂ, ਗੁਲਾਬੋ ਵਧੀਆ ਕੰਮ ਕਰਦੀ ਹੈ, ਬਸ ਠੀਕ ਠਾਕ। ਤੁਸੀਂ ਆਪਣਾ ਨਾਂ ਨਹੀਂ ਦੱਸਿਆ, ਮੈਂ ਕੇਸ ਕਿਸ ਨਾਂ ਤੋਂ ਦਰਜ ਕਰਨਾ ਮੈਨੂੰ ਤਾਂ ਪਤਾ ਨਹੀਂ ਲੱਗਿਆ। ਤੁਸੀਂ ਜੀ ਸੁਖਪ੍ਰੀਤ ਦੇ ਨਾਂ ਤੇ ਕਰ ਲਿਓ। ਸੁਖਪ੍ਰੀਤ, ਕਿੱਥੋਂ ਬੋਲ ਰਹੇ ਤੁਸੀਂ? ਅਸੀਂ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਤੋਂ, ਤਾਂ ਤੁਹਾਡੇ ਲਾਗੇ ਸ਼ਾਗੇ ਕੋਈ ਹੋਰ ਕਲਾਇੰਟ ਹੋਏ ਤਾਂ ਜ਼ਰੂਰ ਦੱਸਣਾ, ਠੀਕ ਹੈ? ਓਕੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਆਪਣੇ ਅਗਲੇ ਕਲਾਇੰਟ ਨੂੰ ਪੁੱਛਦੇ ਆ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਹੈਲੋ ਹੈਲੋ, ਆ ਵੇਖ ਲਓ ਇਹ ਕਲਾਇੰਟਾਂ ਤੋਂ ਮੈਨੂੰ ਸ਼ਿਕਾਇਤ ਇਹ ਆ ਵੀ ਜਦੋਂ ਫੋਨ ਕਰਦੇ ਇਹਨਾਂ ਦਾ ਬੈਲੈਂਸ ਮੁੱਕ ਜਾਂਦਾ ਆ। ਹੈਲੋ, ਚਲੋ ਕੋਈ ਗੱਲ ਨਹੀਂ ਜੀ, ਸਾਡੇ ਕੋਲ ਕਲਾਇੰਟ ਬਥੇਰੇ ਨੇ, ਕੋਈ ਚੱਕਰ ਨਹੀਂ ਹੈਗਾ। ਅਗਲਾ ਜਿਹੜਾ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਗੁਰਚਰਨ। ਗੁਰਚਰਨ ਜੀ, ਕਿੱਥੋਂ ਬੋਲਦੇ? ਨਾਰਥ ਕੈਰੋਲਾਈਨਾ ਤੋਂ। ਨਾਰਥ ਕੈਰੋਲਾਈਨਾ ਤੋਂ? ਅੱਜ ਤੁਹਾਡੀ ਆਵਾਜ਼ ਬੜੀ ਫਿੱਕੀ ਫਿੱਕੀ ਲੱਗ ਰਹੀ ਆ। ਨਹੀਂ ਨਹੀਂ ਵਕੀਲ ਸਾਹਿਬ, ਆਵਾਜ਼ ਤਾਂ ਠੀਕ ਹੈ। ਨਹੀਂ, ਅੱਜ ਆਵਾਜ਼ ਫਿੱਕੀ ਹੈ। ਹਾਂਜੀ, ਅੱਛਾ, ਰੋਜ਼ ਤੁਸੀਂ ਸਾਡੀ ਕਚਹਿਰੀ ਆਉਂਦੇ ਹੋ ਤਾਂ ਸਾਨੂੰ ਤੁਹਾਡੀ ਆਵਾਜ਼ ਨਹੀਂ ਪਤਾ ਲੱਗੂਗੀ। ਘਰੇਲੂ ਮਸਲੇ ਤਾਂ ਹੈ ਨੀ ਗੇ, ਵੱਡੇ ਮਸਲੇ ਆ, ਉਹ ਕਹਿੰਦੇ ਤੁਸੀਂ ਫੜਦੇ ਨੀ ਗੇ। ਵੱਡੇ, ਮੈਂ ਆਪ ਵੱਡੀ ਨੀ ਹੋਈ ਤਾਂ ਵੱਡੇ ਮਸਲੇ ਕਿੱਥੋਂ ਫੜ ਲੈਣੇ ਮੈਂ? ਵਕਾਲਤ ਵੀ ਇੰਨੀ ਕਿਤਾਬਾਂ ਸੀਗੀਆਂ ਸਾਡੀਆਂ, ਕੋਈ ਵਕਾਲਤ ਵਾਲੀ ਇੰਨੀ ਕਿਤਾਬਾਂ ਥੋੜੀ ਸੀਗੀਆਂ, ਇਹਦੇ ਲਈ ਦਿਮਾਗ ਦੀ ਲੋੜ। ਪੰਜਾਬ 'ਚ ਮਸਲੇ ਬਹੁਤ ਆ ਨਾ, ਅਸੀਂ ਤਾਂ ਕੋਈ ਉਹੋ ਜਿਹਾ ਮਸਲਾ ਸੁਲਝਾਉਣਾ ਚਾਹੁੰਦੇ ਹਾਂ ਤੁਹਾਥੋਂ। ਅੱਛਾ, ਫਿਰ ਵੀ ਤੁਸੀਂ ਦੱਸ ਦਿਓ, ਮੈਂ ਲਿਖ ਲੈਂਦੀ ਹਾਂ ਜੀ, ਕੀ ਮਸਲਾ ਤੁਹਾਡਾ? ਹੁਣ ਤੁਹਾਨੂੰ ਪਤਾ ਹੀ ਹੈ ਬਈ ਰੇਤੇ ਵਜਰੀ ਦਾ, ਨਸ਼ਿਆਂ ਦਾ, ਇਹਨਾਂ 'ਚ ਕੋਈ ਵੀ ਮੁੱਦਾ ਤੁਸੀਂ ਜਿਹੜਾ ਚੱਕ ਸਕਦੇ ਹੋ ਚੱਕ ਲਓ। ਠੀਕ ਹੈ ਜੀ, ਠੀਕ ਹੈ, ਮੈਂ ਜ਼ਰੂਰ ਤੁਹਾਡੀ ਜਿਹੜੀ ਅਰਜ਼ੀ ਅੱਗੇ ਨੂੰ ਪਾਊਂਗੀ ਵੀ ਇੱਦਾਂ ਦੇ ਮਸਲੇ ਵੀ ਸੋਲਵ ਕੀਤੇ ਜਾਣ, ਹੈ ਨਾ?
ਹਾਂਜੀ ਠੀਕ ਹੈ ਜੀ, ਤੁਸੀਂ ਹਾਈ ਕੋਰਟ ਚ ਪਾਓ ਨਾ ਕੇਸ। ਜਰੂਰ ਪਾਨੇ ਜੀ, ਜਰੂਰ ਪਾਵਾਂਗੇ। ਗੁਰਚਰਨ ਜੀ ਹੁਣ ਅਗਲਾ ਕਲਾਇੰਟ ਆ ਚੁੱਕਿਆ ਜੀ ਕੋਰਟ ਦੇ ਵਿੱਚ, ਉਹਨੂੰ ਪੁੱਛਦੇ ਕੀ ਮਸਲਾ ਉਹਨਾਂ ਦਾ। ਓਕੇ ਸਤਿ ਸ਼੍ਰੀ ਅਕਾਲ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਬਹੁਤ ਵਧੀਆ ਬਹੁਤ ਵਧੀਆ ਜੀ। ਪਹਿਲਾਂ ਮੈਂ ਆਪਣੇ ਕਲਾਇੰਟ ਦਾ ਨਾਮ ਪੁੱਛਣਾ ਚਾਹੂੰਗੀ। ਹਾਂਜੀ ਦੱਸਾਂ ਫਿਰ ਨਾਮ? ਨਰਿੰਦਰ। ਬਿਲਕੁਲ ਜੀ ਬਿਲਕੁਲ। ਕਿੱਥੋਂ? ਮੈਂ ਨਿਊਯਾਰਕ ਤੋਂ। ਨਿਊਯਾਰਕ ਤੋਂ ਤੇ ਤੁਹਾਡਾ ਕੋਈ ਕੇਸ ਚੱਲ ਰਿਹਾ? ਨਹੀਂ ਕੇਸ ਤੇ ਕੋਈ ਨਹੀਂ ਚੱਲਦਾ ਆ ਇੰਡੀਆ ਦੇ। ਪਹਿਲੀ ਗੱਲ ਤੇ ਤੁਸੀਂ ਵਕੀਲ ਜਿਹੜਾ ਬਣ ਕੇ ਆਇਓ, ਅੱਜ ਕੱਲ ਵਕੀਲਾਂ ਦੀ ਘੱਟ ਵੈਲਯੂ ਆ, ਜਿਹੜੇ ਬਾਬਿਆਂ ਦੀ ਇਹਨਾਂ ਦੀ ਬਹੁਤ ਆਈਡ ਆਉਂਦੀ ਪਈ ਆ। ਅੱਛਾ ਇਹਨਾਂ ਦੇ ਖਿਲਾਫ ਵੀ ਆਪਾਂ ਕੇਸ ਕੀਤੇ ਹੋਏ ਨੇ, ਕੋਈ ਚੱਕਰ ਨਹੀਂ। ਇਹਨਾਂ ਦੇ ਕਾਰਨ ਆ ਜਿਹੜੇ ਬਾਬੇ ਕਹਿੰਦੇ ਨੇ ਵੀ ਪੁੱਛਣਾ, ਦੱਸੋ ਵੀ ਕੀ ਤੁਹਾਡਾ ਮਸਲਾ ਹੱਲ ਕਰਨਾ, ਪਹਿਲਾਂ ਕ੍ਰੈਡਿਟ ਕਾਰਡ ਦਾ ਨੰਬਰ ਦਿਓ ਸਾਨੂੰ। ਅੱਛਾ ਅੱਛਾ ਤੁਹਾਡਾ ਤੁਹਾਡਾ ਮਸਲਾ ਇਹ ਆ? ਹਾਂ ਵੀ ਬਾਬਿਆਂ ਵਾਲਾ ਜੇ ਕੰਟਰੋਲ ਕਰੋ, ਬਾਬਿਆਂ ਦੇ ਕੰਟਰੋਲ ਕਰੀਏ। ਤੇ ਆ ਅੱਜ ਸਾਰੇ ਵੱਡੇ ਵੱਡੇ ਮਸਲੇ ਲੈ ਕੇ ਆ ਰਹੇ ਨੇ, ਮੈਂ ਤਾਂ ਨਿੱਕੇ ਨਿੱਕੇ ਮਸਲੇ ਸੋਲਵ ਕਰਨੇ ਸੀਗੇ। ਪੱਟੀ ਤੇ ਪਖੰਡੀ ਸਾਧੂ ਆਪਣੀਆਂ ਆਈਡਾਂ ਵੀ ਦਿੰਦੇ ਨੇ ਵੀ ਆ ਜਾਓ ਜੀ ਪਹਿਲਾਂ ਕ੍ਰੈਡਿਟ ਕਾਰਡ ਚ। ਹਾਂ ਵੈਸੇ ਗੱਲ ਤਾਂ ਤੁਹਾਡੀ ਸਹੀ ਆ ਵੀ ਆਹ ਮਸਲਾ ਨਹੀਂ ਆਪਾਂ ਚੱਕਿਆ, ਆਹ ਮਸਲੇ ਜੇ ਜ਼ਰੂਰ ਹੱਲ ਕਰਾਂਗੇ ਆਪਾਂ ਜ਼ਰੂਰ। ਕੋਈ ਮਸਲੇ ਨੂੰ ਚੱਕ। ਬਿਲਕੁਲ ਬਿਲਕੁਲ ਬਿਲਕੁਲ, ਆਪਾਂ ਇਹੀ ਮਸਲਾ ਚੱਕਣਾ ਹੁਣ। ਤੇ ਜੇ ਕੋਈ ਹੋਰ ਮਸਲਾ ਹੋਏ ਨਾ ਤੇ ਸਾਡੀ ਜਿਹੜੀ ਮੇਲ ਆਈਡੀ ਸਕਰੋਲ ਹੋ ਰਹੀ ਹੋਣੀ ਸਕਰੀਨ ਤੇ, ਹਨਾ ਜੀ, ਹਾਂਜੀ, ਉਹਦੇ ਤੇ ਸਾਨੂੰ ਮੇਲ ਕਰ ਸਕਦੇ ਹੋ ਵੀ ਕੋਈ ਐਸਾ ਮਸਲਾ ਜਿਹੜਾ ਤੁਸੀਂ ਚਾਹੁੰਦੇ ਹੋ ਵੀ ਉਹ ਸੋਲਵ ਹੋਏ, ਦੇਸ਼ ਦੇ ਪ੍ਰਤੀ ਕੋਈ ਤੁਹਾਨੂੰ ਸ਼ਿਕਾਇਤਾਂ ਹੋਣ ਤੁਸੀਂ ਮੈਨੂੰ ਦੱਸਣੀਆਂ ਜ਼ਰੂਰ ਨੇ, ਹਨਾ? ਜ਼ਰੂਰ ਜ਼ਰੂਰ, ਮੈਂ ਇਸ ਬਾਬਿਆਂ ਦੇ ਉੱਤੇ ਦਿਆ ਨਾ ਪਖੰਡੀ ਸਾਧੂ ਜਿਹੜੇ ਬੈਠੇ ਨੇ ਤਾਂ ਦੇ ਦੇ ਵਿੱਚ ਜੀ ਜ਼ਰੂਰ ਲੈਵਾਂਗੇ। ਸਾਡੇ ਕਲਾਇੰਟ ਨੇ ਸਾਨੂੰ ਕੁਝ ਕਿਹਾ ਹੋਏ ਤੇ ਅਸੀਂ ਮੰਨਿਆ ਨਾ ਹੋਏ, ਫਿਰ ਅਸੀਂ ਕਾਹਦੇ ਵਕੀਲ ਹੋਏ? ਹਾਂ ਸਹੀ ਗੱਲ ਹੈ, ਇਹ ਵਕੀਲ ਨੂੰ ਇਹ ਮੁੱਦਾ ਚੱਕਣਾ ਚਾਹੀਦਾ। ਬਿਲਕੁਲ ਚੱਕਾਂਗੇ ਜੀ ਬਿਲਕੁਲ ਚੱਕਾਂਗੇ। ਮੈਂ ਤੁਹਾਨੂੰ ਦੱਸਾਂ ਵੀ ਮੈਂ ਕੇਸ ਬਹੁਤ ਸੋਲਵ ਕਰਾਏ ਨੇ, ਮੇਰੇ ਕੋਲ ਤਾਂ ਲਿਸਟ ਬਹੁਤ ਪਈ ਆ। ਹਾਂ ਹਾਂ ਹੋਰ ਕੀ ਕੇਸ ਵੇਖੋ ਆ ਹੁਣੀ ਹੁਣੀ ਜੇ ਪੀ ਸਾਹਿਬ ਜਿਹੜੇ ਨੇ ਉਹਨਾਂ ਦੀ ਵੋਟੀ ਨੇ ਉਹਨਾਂ ਤੇ ਕੇਸ ਕੀਤਾ ਵੀ ਉਹਨਾਂ ਨੂੰ ਪਾਰਲਰ ਦਾ ਖਰਚਾ ਨਹੀਂ ਦਿੱਤਾ ਜਾਂਦਾ। ਅੱਛਾ ਤੇ ਆਹ ਵੇਖੋ ਕਿੱਡਾ ਵੱਡਾ ਮਸਲਾ ਆਪਾਂ ਝੱਟ ਸੋਲਵ ਕਰਾਤਾ ਅਗਲਿਆਂ ਦਾ। ਅੱਛਾ ਚਲ ਆ ਵੀ ਕਰੀ ਜਿਹੜਾ ਮੈਂ ਕਹਿਤਾ ਤੈਨੂੰ ਅੱਜ, ਜਿਹੜਾ ਤੁਸੀਂ ਕਿਹਾ ਮੈਂ ਕਿਹਾ ਜੀ ਮਹਾਰਾਜ ਉਹ ਜ਼ਰੂਰ ਹੋ ਜਾਊਗਾ। ਤੇ ਤੁਹਾਡਾ ਕੋਈ ਘਰੇਲੂ ਮਸਲਾ? ਨਹੀਂ ਨਹੀਂ ਸਾਡਾ ਨਹੀਂ, ਉਹ ਬਾਬਾ ਜੀ ਅੱਗੇ ਅਰਦਾਸ ਕਰਦੀ ਤੇ ਸਾਰੇ ਕੰਮ ਠੀਕ ਕਰ ਦਿੰਦੇ ਸਾਰੇ ਕੰਮ। ਫਿਰ ਪਤਾ ਕੀ ਹੁੰਦਾ ਘਰ ਗ੍ਰਸਤੀ 'ਚ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੇ ਆਪਾਂ ਘਰੋਂ ਘਰੀ ਜਾ ਕੇ ਨਾ ਉਹਨਾਂ ਦੇ ਕੇਸ ਸੋਲਵ ਕਰਾਈ ਦੇ ਨੇ, ਠੀਕ ਹੈ? ਅੱਛਾ ਨਹੀਂ ਇੱਥੇ ਨਿਊਯਾਰਕ ਨਹੀਂ ਹੈ ਕੰਮ, ਆ ਇੱਥੇ ਹੀ ਆ ਜੀ ਕੰਮ, ਠੀਕ ਹੈ ਜੀ ਸ਼ੁਕਰੀਆ ਜੀ। ਆਪਾਂ ਆਪਣੇ ਅਗਲੇ ਕਲਾਇੰਟ ਨੂੰ ਪੁੱਛਦੇ ਹਾਂ ਵੀ ਕੀ ਮਸਲਾ ਚੱਲ ਰਿਹਾ ਉਹਨਾਂ ਦੇ ਦਿਮਾਗ 'ਚ ਉਹਨਾਂ ਦੇ ਘਰ 'ਚ। ਹੈਲੋ 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 ਸਤਿ ਸ਼੍ਰੀ ਅਕਾਲ। ਮਾੜੀ ਜੀ ਟੀਵੀ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਹੈ? ਵਧੀਆ ਜੀ ਬਹੁਤ ਵਧੀਆ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਗੁਰਮੀਤ ਕੌਰ ਬਰਾੜ। ਗੁਰਮੀਤ ਕੌਰ ਬਰਾੜ ਜੀ ਕਿੱਥੋਂ ਬੋਲਦੇ? ਅਸੀਂ ਕੈਲੀਫੋਰਨੀਆ ਤੋਂ ਜੀ। ਕੈਲੀਫੋਰਨੀਆ ਤੋਂ, ਤੇ ਦੱਸੋ ਤੁਹਾਡਾ ਘਰੇਲੂ ਮਸਲਾ ਕੋਈ ਹੋਏ ਉਹਨੂੰ ਸੋਲਵ ਕਰਾਈਏ ਆਪਾਂ ਝਟਪਟ। ਸਾਡਾ ਘਰੇਲੂ ਮਸਲਾ ਤਾਂ ਸਾਡਾ ਘਰੇਲੂ ਮਸਲਾ ਕੋਈ ਨਹੀਂ ਹੈਗਾ। ਨਹੀਂ ਹੈਗਾ? ਦੱਸੋ ਅਸੀਂ ਤਾਂ ਹੀ ਤਾਂ ਰੋਟੀ ਪਾਣੀ, ਆਪਾਂ ਰੋਟੀ ਪਾਣੀ ਕਿੱਥੋਂ ਖਾ ਲੈਣੀ, ਤੁਹਾਡੇ ਘਰਾਂ ਦੇ ਮਸਲੇ ਹੀ ਨਹੀਂ ਜੇ ਕੋਈ ਹੋਏ ਤੇ। ਨਹੀਂ ਸਾਡਾ ਘਰ ਦਾ ਮਸਲਾ ਤਾਂ ਕੋਈ ਨਹੀਂ। ਅੱਛਾ ਤੇ ਕੀ ਕਹਿੰਦੇ? ਅਸੀਂ ਤਾਂ ਵੈਸੇ ਹੀ ਪ੍ਰੋਗਰਾਮ ਦੇਖ ਕੇ ਆ, ਜਿਹੜੀਆਂ ਤੁਹਾਡੀਆਂ ਕਲਾਇੰਟ ਤੁਹਾਡੇ ਕਾਲਾਂ ਕਰਦੇ ਨੇ। ਹਾਂਜੀ। ਤੇ ਅਸੀਂ ਸੋਚਦੇ ਆ ਵੀ ਜੇ ਇਹ ਬਜਾਏ ਕਿਸੇ ਦੀ ਬੁਰੀਾਈ ਕਰਨ ਤੋਂ, ਹਾਂਜੀ, ਬਜਾਏ ਆਪਾਂ ਕਿ ਬਾਦਲ ਸਾਹਿਬ ਦੀ ਜਾਂ ਮੋਦੀ ਸਾਹਿਬ ਦੀ ਬੁਰੀਾਈ ਕਰਨ ਤੋਂ ਬਜਾਏ ਜੇ ਆਪਾਂ ਆਪਣੀ ਗੱਲ ਕਰੀਏ ਤਾਂ ਮੈਂ ਕਹਿੰਦੀ ਉਹ ਵਧੀਆ ਗੱਲ ਨਹੀਂ ਹੋਊਗੀ। ਨਹੀਂ ਨਹੀਂ ਬੁਰਾਈ ਤਾਂ ਕਿਸੇ ਨੇ ਨਹੀਂ ਕੀਤੀ, ਸਿਰਫ ਆਪਣੇ ਆਪਣੇ ਵਿਚਾਰ ਜਿਹੜੇ ਉਹਨੇ ਉਹਨਾਂ ਨੇ ਦੱਸੇ ਨੇ ਵੀ ਉਹ ਇਹ ਚਾਹੁੰਦੇ ਨੇ ਜਾਂ ਇਹ ਚਾਹੁੰਦੇ ਨੇ ਸਾਡੇ ਪ੍ਰੋਗਰਾਮ ਤੋਂ। ਬੁਰਾਈ ਨਹੀਂ ਕਦੀ ਕੀਤੀ, ਸਾਡੇ ਸ਼ੋਅ ਦੀ ਆ ਸਿਫਤ ਹੈਗੀ ਵੀ ਕਿਸੇ ਨੇ ਕਿਸੇ ਦੀ ਬੁਰਾਈ ਨਹੀਂ ਕੀਤੀ, ਬਸ ਆਪਣੇ ਆਪਣੇ ਜਿਹੜੇ ਸੁਜੈਸ਼ਨਸ ਨੇ ਉਹ ਜਿਹੜੇ ਡਿਸਕਸ਼ਨਸ ਉਹ ਚਾਹੁੰਦੇ ਨੇ ਉਹ ਸਾਹਮਣੇ ਰੱਖਦੇ ਨੇ। ਉਹ ਤਾਂ ਠੀਕ ਹੈ ਪਰ ਆਪਾਂ, ਤੁਸੀਂ ਟੀਵੀ ਦੀ ਆਵਾਜ਼ ਲੱਗਦਾ ਉੱਚੀ, ਅਸੀਂ ਪ੍ਰੋਗਰਾਮ ਦੇਖਦੇ ਆ। ਤੂੰ ਦੇਖੋ ਦੇਖੋ ਤੁਸੀਂ ਇੱਕ ਮਿੰਟ, ਹਾਂਜੀ, ਤੁਸੀਂ ਆਪਣੇ ਮਸਲੇ ਘਰ ਦੇ ਮਸਲੇ ਵਾਸਤੇ ਸਾਥੋਂ ਪੁੱਛਦੇ ਆ, ਠੀਕ ਹੈ? ਹਾਂਜੀ 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 ਹਾਂਜੀ
ਘਰ ਦੇ ਮਸਲੇ ਬਾਰੇ ਆਪਾਂ ਤੁਸੀਂ ਗੱਲ ਕਰਦੇ ਹੋ ਸਾਡੇ ਨਾਲ ਵੀ ਤੁਹਾਡੇ ਘਰ ਦਾ ਕੀ ਮਸਲਾ ਹੈ, ਬਿਲਕੁਲ ਸਾਨੂੰ ਉਸੇ ਟੌਪਿਕ ਤੇ ਗੱਲ ਕਰਨੀ ਚਾਹੀਦੀ ਹੈ। ਹਾਂਜੀ ਤਾਂ ਹੀ ਤਾਂ ਮੈਂ ਪੁੱਛ ਰਹੀ, ਤੁਸੀਂ ਵੀ ਨਹੀਂ ਕਰਦੇ ਫਿਰ ਉਹੀ ਗੱਲ ਹੋ ਗਈ ਨਾ, ਤੁਸੀਂ ਤਾਂ ਮੈਨੂੰ ਕੁਛ ਦੱਸੋ ਤੁਹਾਡੀ ਜਿਹੜੀ ਸ਼ਿਕਾਇਤਾਂ ਨੇ ਆਪਾਂ ਜ਼ਰੂਰ ਨੋਟ ਕਰ ਰਹੇ ਹਾਂ, ਵੇਖ ਲਓ ਨਾਲੋ ਨਾਲ ਨੋਟ ਹੋਈ ਜਾ ਰਹੀਆਂ ਨੇ। ਨਹੀਂ ਘਰ ਦੇ ਮਸਲੇ ਦੇਖੋ, ਘਰ ਦੇ ਮਸਲੇ ਸਾਰਿਆਂ ਦੇ ਸਾਹਮਣੇ ਤਾਂ ਆਪਾਂ ਤਾਂ ਰੱਖੇ ਨਹੀਂ ਨਾ ਜਾਂਦੇ, ਉਹ ਨਿੱਕੇ ਮੋਟੇ ਮਸਲੇ ਤਾਂ ਹਰ ਘਰ 'ਚ ਹੁੰਦੇ ਰਹਿੰਦੇ ਨੇ ਜੀ, ਆ ਵੇਖ ਲਓ ਜਿਹੜੇ ਘਰ ਦੇ ਮਸਲੇ ਹੁੰਦੇ ਆ, ਹਾਂਜੀ ਉਹ ਤਾਂ ਆਪਣੇ ਫੈਮਿਲੀ ਦੇ ਵਿੱਚ ਆਪਾਂ ਕਿਸੇ ਦੇ ਸਾਹਮਣੇ ਰੱਖ ਹੀ ਨਹੀਂ ਸਕਦੇ, ਓਪਨ ਰੱਖ ਹੀ ਨਹੀਂ ਸਕਦੇ, ਪਰ ਵਕੀਲ ਤਾਂ ਗੁਪਤ ਹੁੰਦੇ ਨੇ। ਕਹਿੰਦੇ ਨੇ ਜੀ ਆਪਣੇ ਸੀਏ ਤੇ ਆਪਣੇ ਵਕੀਲ ਕੋਲੋਂ ਕੋਈ ਓਹਲਾ ਨਹੀਂ ਰੱਖਣਾ ਚਾਹੀਦਾ, ਹੈ ਕਿ ਨਹੀਂ? ਹੈਲੋ, ਲੱਗਦਾ ਆ ਵੀ ਆਹ ਕਲਾਇੰਟ ਨੂੰ ਸਾਡੇ ਕੋਲੋਂ ਕੋਈ ਮਸਲਾ ਸੋਲਵ ਕਰਾਉਣ ਦੀ ਹੈ ਹੀ ਨਹੀਂ ਇਹਨਾਂ ਨੂੰ ਕਿ ਮੈਂ ਮਸਲਾ ਸੋਲਵ ਕਰਾਵਾਂ। ਕੋਈ ਗੱਲ ਨਹੀਂ ਜੀ, ਆਪਾਂ ਆਪਣੇ ਅਗਲੇ ਕਲਾਇੰਟ ਨੂੰ ਵੀ ਜ਼ਰੂਰ ਲਵਾਂਗੇ, ਪਰ ਹੁਣ ਵਿਹਲਾ ਹੋ ਗਿਆ ਜੀ, ਸਾਡੇ ਜਿਹੜੀ ਕੋਰਟ ਆ ਉਹਦੇ 'ਚ ਬ੍ਰੇਕ ਹੋ ਗਈ ਹੈ ਇੱਕ ਨਿੱਕੀ ਜੀ, ਅਤੇ ਕਹਿੰਦੇ ਨੇ ਜੀ ਚਾਹ ਪਾਣੀ ਪੀ ਕੇ ਆ ਜਾਓ, ਆਪਾਂ ਵੀ ਥੱਕ ਜਾਂਦੇ ਹਾਂ, ਸਾਰੀ ਦਿਹਾੜੀ ਕਿੰਨੇ ਮਸਲੇ ਸੋਲਵ ਕਰੀਦੇ ਨੇ, ਅਤੇ ਲੈਣੇ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਸਾਡੀ ਕਚਹਿਰੀ ਦੇ ਵਿੱਚ, ਅਤੇ ਜਿਹਦੇ ਜਿਹਦੇ ਕੇਸ ਸੀਗੇ ਜੀ ਆਪਾਂ ਮਿੰਟਾਂ 'ਚ ਸੋਲਵ ਕਰਤੇ, ਬ੍ਰੇਕ 'ਚ ਅੱਧੇ ਕੇਸ ਆਪਾਂ ਐਂ ਸੋਲਵ ਕਰ ਦਿੱਤੇ ਨੇ ਚਾਹ ਪੀਂਦੇ। ਹੁਣੀ ਆ ਵੇਖ ਲਓ, ਬਾਠ ਸਾਹਿਬ ਦੀ ਵੋਟੀ ਨੇ ਇੱਕ ਕੇਸ ਕੀਤਾ ਸੀਗਾ ਜੀ, ਉਹ ਕਹਿੰਦੇ ਵੀ ਜਦੋਂ ਸਵੇਰੇ ਉਹਨਾਂ ਨੇ ਵੀ ਦਫ਼ਤਰ ਜਾਣਾ ਹੁੰਦਾ ਅਤੇ ਉਹਨਾਂ ਦੇ ਹਸਬੈਂਡ ਨੇ ਵੀ ਦਫ਼ਤਰ ਜਾਣਾ ਹੁੰਦਾ, ਪਰ ਉਹ ਜਿਹੜੇ ਉਹਨਾਂ ਦੇ ਹਸਬੈਂਡ ਨੇ ਉਹ ਕਹਿੰਦੇ ਨੇ ਵੀ ਪਹਿਲਾਂ ਡਿਊਟੀ 'ਤੇ ਜਾਣ ਤੋਂ ਪਹਿਲਾਂ ਘਰਾਂ ਦੀ ਡਿਊਟੀਆਂ ਭੁਗਤਾ ਕੇ ਜਾਓ, ਬੰਦਾ ਪੁੱਛੇ ਵੋਟੀ ਭਾਵੇਂ ਲੇਟ ਹੋ ਜਾਏ ਹੈ, ਅਤੇ ਉਹਨਾਂ ਨੇ ਕੇਸ ਕੀਤਾ ਸੀਗਾ ਆਪਣੇ ਹਸਬੈਂਡ 'ਤੇ, ਆਪਾਂ ਝੱਟ ਪੱਟ ਸੋਲਵ ਕਰਾਤਾ, ਆਪਾਂ ਮਿਊਚੁਅਲ ਅੰਡਰਸਟੈਂਡਿੰਗ ਕਰਾਤੀ, ਆਪਾਂ ਕਿਹਾ ਕੋਈ ਗੱਲ ਨਹੀਂ ਜੀ ਫਿਰ ਕੀ ਹੋ ਗਿਆ, ਤੁਸੀਂ ਕੰਮ ਕਾਰ ਕਰਕੇ ਅਤੇ ਹਸਬੈਂਡ ਵੀ ਥੋੜ੍ਹਾ ਜਿਹਾ ਸਪੋਰਟ ਕਰੇ ਤਾਂ ਨਿਕਲ ਜਾ ਕਰੋ ਕੰਮ 'ਤੇ। ਦੂਜਾ ਕੇਸ ਆਪਾਂ ਸੋਲਵ ਕੀਤਾ ਜੀ ਖੱਤਰੀ ਸਾਹਿਬ ਦਾ, ਉਹਨਾਂ ਦੇ ਬੱਚਿਆਂ ਨੇ ਉਹਨਾਂ 'ਤੇ ਕੇਸ ਕੀਤਾ ਸੀਗਾ ਵੀ ਆ ਛੁੱਟੀ ਵਾਲੇ ਦਿਨ ਵੀ, ਛੁੱਟੀ ਵਾਲੇ ਦਿਨ ਵੀ ਉਹਨਾਂ ਦੇ ਜਿਹੜੇ ਡੈਡੀ ਜੀ ਨੇ ਉਹਨਾਂ ਨੂੰ ਸਵੇਰੇ ਸਵੇਰੇ ਠਾ ਦਿੰਦੇ ਨੇ, ਬੰਦਾ ਪੁੱਛੇ ਛੁੱਟੀ ਵਾਲੇ ਦਿਨ ਕੌਣ ਸਵੇਰੇ ਸਵੇਰੇ ਛੇਤੀ ਉੱਠਦਾ ਆ, ਅਤੇ ਇੱਦਾਂ ਦੇ ਜਿਹੜੇ ਤੁਹਾਡੇ ਮਸਲੇ ਨੇ ਉਹ ਤੁਸੀਂ ਸੋਲਵ ਕਰਾਉਣੇ ਨੇ ਤਾਂ ਸਾਡੇ ਕੋਲ ਆਓ ਅਤੇ ਝਟਪਟ ਆਪਣੇ ਮਸਲੇ ਸੋਲਵ ਕਰਾਓ। ਹੁਣ ਥੋੜ੍ਹੇ ਦਿਨ ਪਹਿਲਾਂ ਕਿਸੇ ਨੇ ਕਿਸੇ ਨੂੰ ਪੁੱਛਿਆ, ਕਹਿੰਦੇ ਜੀ ਮੈਨੂੰ ਇਹ ਦੱਸੋ ਵੀ ਜਿਹੜੀਆਂ ਇੰਨੀਆਂ ਵਰੀਆਂ ਮੱਝਾਂ ਨੇ ਇਹਨਾਂ 'ਚੋਂ ਤੁਸੀਂ ਆਪਣੀ ਮੱਝ ਕਿੱਦਾਂ ਪਛਾਣਦੇ ਹੋ, ਸਾਰੀਆਂ ਮੱਝਾਂ ਤਾਂ ਕਾਲੀਆਂ ਹੁੰਦੀਆਂ। ਕਹਿੰਦੇ ਮਹਾਰਾਜ ਉੱਦਾਂ ਹੀ ਪਛਾਣੀ ਦੀ ਹੈ ਜਿੱਦਾਂ ਇੰਨੇ ਵੱਡੇ ਵਕੀਲਾਂ 'ਚੋਂ ਆਪਣਾ ਵਕੀਲ ਪਛਾਣੀ ਦਾ ਆ, ਅਤੇ ਇੱਦਾਂ ਹੀ ਤੁਸੀਂ ਸਾਨੂੰ ਪਛਾਣ ਲੈਣਾ ਕਿਉਂਕਿ ਅਸੀਂ ਹਾਂ ਜੀ ਸਪੈਸ਼ਲ ਵਕੀਲ, ਕਿਹੜੇ ਘਰੇਲੂ ਮਸਲਿਆਂ ਦੇ ਵਕੀਲ। ਆ ਇੱਕ ਹੋਰ ਮਸਲਾ ਆਪਣੇ ਕੋਲ ਆਇਆ ਸੀਗਾ ਜੀ, ਆ ਕਹਿੰਦੇ ਨੇ ਵੀ ਕੇਸ਼ਵ ਜੀ ਕਹਿੰਦੇ ਨੇ ਵੀ ਉਹਨਾਂ ਦੀ ਜਿਹੜੀ ਵੋਟੀ ਆ ਉਹ ਸਬਜ਼ੀ 'ਚ ਲੂਣ ਬਾਹਲਾ ਪਾਉਂਦੀ ਆ, ਅਤੇ ਉਹ ਆਹੀ ਉਹਨਾਂ ਦਾ ਕੇਸ ਮਿੰਟਾਂ 'ਚ ਸੋਲਵ ਕਰਾਇਆ। ਆਪਾਂ ਕਿਹਾ ਬੀਬਾ ਇੱਦਾਂ ਨਹੀਂ ਹੁੰਦਾ, ਆ ਜਿਹੜਾ ਆ ਸਬਜ਼ੀ 'ਚ ਲੂਣ ਹਿਸਾਬ ਨਾਲ ਪਾਉਣਾ, ਹਿਸਾਬ ਨਾਲ ਮਤਲਬ ਆਪਣੇ ਹਸਬੈਂਡ ਦੇ ਹਿਸਾਬ ਨਾਲ, ਆਪਣੇ ਹਿਸਾਬ ਨਾਲ ਨਹੀਂ, ਠੀਕ ਹੈ ਜੀ। ਕਿੰਨੇ ਕੇਸਾਂ ਦੀ ਲਿਸਟਾਂ ਸਾਡੇ ਕੋਲ ਪਈਆਂ ਨੇ, ਆ ਕਾਲਰਸ ਨੇ ਹੁਣੀ ਆਪਣੇ ਮਸਲੇ ਰੱਖੇ ਨੇ, ਪਰ ਐਡੇ ਵੱਡੇ ਵੱਡੇ ਮਸਲੇ ਰੱਖਦੇ ਆ, ਵੇਖ ਲਓ ਮੇਰੇ ਵੱਲ ਵੇਖ ਕੇ ਤੁਹਾਨੂੰ ਲੱਗਦਾ ਵੀ ਮੈਂ ਵੱਡੇ ਮਸਲੇ ਸੋਲਵ ਕਰਾਊਂਗੀ। ਮਸਲੇ ਉਹ ਚਾਹੀਦੇ ਨੇ ਵੀ ਜਿਹੜੇ ਛੋਟੇ ਛੋਟੇ ਹੋਣ ਸਾਡੇ ਵਰਗੇ, ਬਾਹਲਾ ਹੀ ਛੋਟੇ ਹੋਣ, ਕਿਉਂਕਿ ਉਹ ਆਪਾਂ ਮਿੰਟਾਂ 'ਚ ਸੋਲਵ ਕਰਾ ਸਕਦੇ। ਨਾਲੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਇੰਟਰਨੈਸ਼ਨਲ ਜਿਹੜੀ ਡਿਗਰੀ ਆ ਉਹ ਲਿੱਤੀ ਹੋਈ ਹੈ, ਮੇਰੇ ਤੋਂ ਬਾਅਦ ਕਿਸੇ ਨੂੰ ਉਹ ਡਿਗਰੀ ਮਿਲੀ ਨਹੀਂ। ਕਹਿੰਦੇ ਜੀ ਇਹ 'ਚ ਬਾਹਲਾ ਦਿਮਾਗ ਖਪਤ ਹੁੰਦਾ ਆ, ਇਹ ਨਹੀਂ ਡਿਗਰੀ ਕਿਸੇ ਨੂੰ ਆਪਾਂ ਦੇ ਸਕਦੇ, ਇਹ ਤਾਂ ਦਿਮਾਗ ਵਾਲਿਆਂ ਨੂੰ ਦਿੱਤੀ ਉਹਨਾਂ ਨੇ ਵੀ ਜਾਓ ਤਾਂ ਘਰੋਂ ਘਰੀ ਜਾ ਕੇ ਖੱਜਲ ਹੋਵੋ ਤਾਂ ਲੋਕਾਂ ਦੇ ਕੇਸ ਸੋਲਵ ਕਰਾਓ, ਐਂ ਥੋੜ੍ਹੀ ਹੁੰਦਾ, ਇੱਦਾਂ ਨਹੀਂ ਆਪਾਂ ਬਣ ਗਏ ਵਕੀਲ ਕਿਤੇ। ਆਹ ਵੇਖ ਲਓ ਹੁਣ ਕਿਸੇ ਨੂੰਹ ਨੇ ਕੇਸ ਕੀਤਾ ਸੀਗਾ ਜੀ, ਮੈਂ ਆਪਣੀ ਸੱਸ ਦੀ ਇੰਨੀ ਸੇਵਾ ਕਰਦੀ ਹਾਂ, ਬਦਾਮ ਵੀ ਖਵਾਉਂਦੀ ਹਾਂ ਤਾਂ ਵੀ ਉਹ ਕਹਿੰਦੀ ਵੀ ਬਦਾਮ ਮੇਰੇ ਗਲੇ 'ਚ ਅੜਦੇ ਨੇ, ਹੈ ਦੱਸੋ ਹੋਰ ਕਿੰਨੀ ਕੁ ਸੇਵਾ ਕਰਦੇ ਤੁਹਾਡੀ। ਉਹ ਕੇਸ ਆਪਾਂ ਸੋਲਵ ਕਰਾਇਆ। ਥੋੜ੍ਹੀ ਦੇਰ ਪਹਿਲਾਂ ਕਿਸੇ ਸੱਸ ਨੇ ਕੇਸ ਕੀਤਾ ਸੀਗਾ ਵੀ ਉਹਦੇ ਜੀ ਜਿਹੜੀ ਨੂੰਹ ਆ ਉਹ ਤੱਤੀ ਤੱਤੀ ਚਾਹ ਨਹੀਂ ਦਿੰਦੀ, ਉਹ ਬੰਦਾ ਪੁੱਛੇ ਕਿੰਨੀ ਕੁ ਤੱਤੀ ਚਾਹ ਦੇ ਦੇ, ਹੈ ਕਿ ਨਹੀਂ? ਤਾਂ ਤੁਸੀਂ ਇਹ ਮਸਲੇ ਜਿਹੜੇ ਨੇ ਆਪਸ 'ਚ ਸੋਲਵ ਕਰ ਲਈਦੇ ਹੁੰਦੇ ਨੇ, ਪਿਆਰ ਮੁਹੱਬਤ ਨਾਲ ਸੋਲਵ ਕਰੀਦੇ ਹੁੰਦੇ ਨੇ। ਐਡੇ ਬਾਹਲੇ ਜਿਹੜੇ ਵੱਡੇ ਵੱਡੇ ਮਸਲੇ ਨੇ ਉਹ ਤਾਂ ਚਲੋ ਆਪਾਂ ਨਹੀਂ ਸੋਲਵ ਕਰਨੇ, ਪਰ ਨਿੱਕੇ ਮੋਟੇ ਮਸਲੇ ਤਾਂ ਆਪਾਂ ਝਟਪਟ ਸੋਲਵ ਕਰ ਦਿੰਦੇ ਨੇ। ਹੁਣ ਕਈ ਬੱਚਿਆਂ ਦੀ ਸ਼ਿਕਾਇਤਾਂ ਇਹ ਨੇ ਜੀ, ਉਹਨਾਂ ਦੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਹੈਲਦੀ ਚੀਜ਼ਾਂ ਨਿਊਟ੍ਰੀਸ਼ੀਅਸ ਚੀਜ਼ਾਂ ਖਵਾ ਖਵਾ ਕੇ ਤੰਗ ਕਰਦੇ ਨੇ। ਉਹ ਬੰਦਾ ਪੁੱਛੇ ਬੱਚਿਆਂ ਨੂੰ ਵੀ ਨਿਊਟ੍ਰੀਸ਼ੀਅਸ ਚੀਜ਼ਾਂ ਦੀ ਕਦੀ ਲੋੜ ਹੁੰਦੀ ਆ? ਨਾ ਜੀ ਨਾ, ਉਹਨਾਂ ਨੂੰ ਤਾਂ ਜੰਕ ਫੂਡ ਦੀ ਲੋੜ ਹੁੰਦੀ ਆ। ਇਹ ਆਪਾਂ ਕੇਸ ਲੈਣਾ ਸੀਗਾ ਜੀ ਬੱਚਿਆਂ ਦੇ ਲਈ, ਅਤੇ ਆਪਾਂ ਹਾਰ ਗਏ ਕਿਉਂਕਿ ਜੰਕ ਫੂਡ ਨਾਲ ਬਾਹਲੀ ਗੱਲ ਨਹੀਂ ਬਣਦੀ, ਨਿਊਟ੍ਰੀਸ਼ੀਅਸ ਚੀਜ਼ਾਂ ਖਾਣੀਆਂ ਪੈਂਦੀਆਂ ਨੇ। ਫਿਰ ਕੇਸ ਆਪਾਂ ਸੋਲਵ ਕੀਤਾ ਸੀਗਾ ਜੀ ਸਿੰਘ ਸਾਹਿਬ ਦਾ। ਸਿੰਘ ਸਾਹਿਬ ਦੇ ਬੱਚਿਆਂ ਨੇ ਕਿਹਾ ਵੀ ਉਹਨਾਂ ਨੂੰ ਜਿਹੜੇ ਮਾਂ ਪਿਓ ਨੇ ਉਹਨਾਂ ਦੇ ਉਹ ਫੋਨ ਨਹੀਂ ਯੂਜ਼ ਕਰਨ ਦਿੰਦੇ, ਵਟਸਐਪ ਨਹੀਂ ਯੂਜ਼ ਕਰਨ ਦਿੰਦੇ ਬਾਹਲਾ, ਅਤੇ ਆਪਾਂ ਕਿਹਾ ਵੀ ਉਹਨਾਂ ਨੂੰ ਫੋਨ ਯੂਜ਼ ਕਰਨ ਦਿਆ ਕਰੋ, ਫੇਸਬੁੱਕ ਚਲਾਉਣੀ ਹੁੰਦੀ ਅਗਲਿਆਂ ਨੇ, ਵਟਸਐਪ ਚਲਾਉਣਾ ਹੁੰਦਾ ਆ, ਅਤੇ ਕੋਈ ਚੱਕਰ ਨਹੀਂ ਮਾੜਾ ਮੋਟਾ ਯੂਜ਼ ਕਰਨ ਦਿਆ ਕਰੋ, ਪਰ ਔਡ ਆਰਟ ਦੇ ਵਿੱਚ ਜਿਹੜਾ ਆ ਉਹਨਾਂ ਦੇ ਮਾਂ ਪਿਓ ਨੇ ਮਨਾ ਕੀਤਾ ਉਹਨਾਂ ਨੂੰ ਫੋਨ ਫਾਨ ਯੂਜ਼ ਕਰਨ ਤੋਂ, ਅਤੇ ਇੱਦਾਂ ਦੇ ਨਿੱਕੇ ਮੋਟੇ ਖਰਚੇ ਜਿਹੜੇ
ਬਹਿ ਕੇ ਉਹਨਾਂ ਕੋਲੋਂ ਆਪਣੇ ਪਾਰਲਰ ਦਾ ਖਰਚਾ ਲੈ ਲਓ ਜਾਂ ਫਿਰ ਫਾਲਤੂ ਪਾਰਲਰ ਦੇ ਖਰਚੇ ਘੱਟ ਕਰੋ, ਮੈਂ ਤੁਹਾਨੂੰ ਦੱਸਾਂ, ਠੀਕ ਹੈ ਜੀ? ਨਹੀਂ ਤਾਂ ਆਪਾਂ ਤੁਹਾਨੂੰ ਪਤਾ ਵੀ ਐਸੀਆਂ ਐਸੀਆਂ ਦਫ਼ਾ ਲਾਉਂਦੇ ਹਾਂ ਵੀ ਤੁਹਾਨੂੰ ਵੀ ਨਹੀਂ ਸਮਝ ਲੱਗਣੀ ਵੀ ਆਹ ਦਫ਼ਾ ਆਈ ਕਿੱਥੋਂ ਆ, ਫਿਰ ਤੁਸੀਂ ਸਾਨੂੰ ਕਹਿਣਾ ਵੀ ਦਫ਼ਾ ਹੋਵੋ, ਹੈ ਕਿ ਨਹੀਂ? ਅਗਲਾ ਕੇਸ ਸੀਗਾ ਜੀ ਅਰਸ਼ ਜੀ ਦਾ। ਅਰਸ਼ ਜੀ ਨੇ ਆਹ ਕੇਸ ਪਾਇਆ ਸੀਗਾ ਵੀ ਜੀ ਉਹਨਾਂ ਦੀ ਜਿਹੜੀ ਵਾਈਫ ਆ ਉਹਨੂੰ ਡਰਾਈਵਿੰਗ ਵੀ ਕਰਨੀ ਆਉਂਦੀ ਤਾਂ ਵੀ ਉਹਨਾਂ ਨੂੰ ਡਰਾਈਵਰ ਬਣਾ ਕੇ ਬੈਠੀ ਹੋਈ ਆ। ਇਹ ਗੱਲ ਗਲਤ ਆ ਜੀ, ਇਹ ਕੇਸ ਸੋਲਵ ਹੋਣਾ ਚਾਹੀਦਾ, ਮਿੰਟੋ ਮਿੰਟੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ। ਆਪਣੇ ਅਗਲੇ ਕਾਲਰ ਨੂੰ ਪੁੱਛੀਏ ਕੀ ਕੇਸ ਚੱਲ ਰਿਹਾ ਉਹਨਾਂ ਦਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਮੋਨਟਰ ਤੋਂ ਬੋਲ ਰਿਹਾ ਜੀ। ਓਕੇ, ਕੀ ਨਾਂ ਤੁਹਾਡਾ? ਮੇਰਾ ਹੈਗਾ ਜਗਦੀਸ਼ ਜੀ। ਓਕੇ ਓਕੇ, ਤੇ ਕੀ ਮਸਲਾ ਤੁਹਾਡਾ? ਮਸਲਾ ਜੀ ਸਾਡੀ ਵੋਟੀ ਜਿਹੜੀ ਹੈ ਨਾ, ਹਾਂਜੀ, ਤੇ ਦਾਲ ਸਬਜ਼ੀ ਤੇ ਮਿਰਚਾਂ ਬਹੁਤ ਘੱਟ ਪਾਉਂਦੀ ਹੈ। ਘੱਟ ਪਾਉਂਦੀ ਹੈ? ਹਾਂਜੀ। ਫੇਰ ਤਾਂ ਤੁਹਾਡਾ ਮਤਲਬ ਕਿ ਖਰਚਾ ਹੀ ਬਚ ਜਾਂਦਾ ਹੋਣਾ ਮਿਰਚਾਂ ਦਾ। ਖਰਚਾ ਕੀ, ਬਸ ਖਾਣ ਸਵਾਦ ਨਹੀਂ ਆਉਂਦਾ ਹੈਗਾ ਜੀ। ਓਏ ਹੋਏ, ਸਵਾਦ ਨਹੀਂ ਆਉਂਦਾ ਹੁਣ, ਮਤਲਬ ਰਸੋਈਆ ਰੱਖ ਦਈਏ ਤੁਹਾਨੂੰ ਕਿ ਵੋਟੀ ਨੂੰ ਸਲਾਹ ਦੇ ਦਈਏ, ਦੱਸੋ ਕਿੱਦਾਂ ਕਰੀਏ? ਇਹ ਤੁਹਾਡੀ ਮਰਜ਼ੀ ਜਿੱਦਾਂ ਕਰਨੀ ਹੈ। ਤੇ ਵੋਟੀ ਨੇ ਤਾਂ ਨਹੀਂ ਕੋਈ ਅੱਗੋਂ ਵਕੀਲ ਰੱਖਿਆ ਕੋਈ? ਹਲਦੀ ਘੜੀ ਤਾਂ ਰੱਖਿਆ ਨਹੀਂ, ਅੱਗੇ ਪਤਾ ਨਹੀਂ ਰੱਖ ਵੀ ਲਵੇ ਕੋਈ। ਉਹਨਾਂ ਨੇ ਵੀ ਕੇਸ ਤੁਹਾਡੇ ਖਿਲਾਫ ਕੀਤਾ ਹੋਇਆ ਵੀ ਮੈਨੂੰ ਮਿਰਚਾਂ ਲਈ ਟੋਕਦੇ ਨੇ? ਨਹੀਂ ਜੀ ਨਹੀਂ, ਉਹਨਾਂ ਨੇ ਤਾਂ ਨਹੀਂ ਕੀਤਾ ਹਲੇ, ਉਹ ਕਿਉਂਕਿ ਸਾਡੇ ਤੋਂ ਵੱਡਾ ਵਕੀਲ ਆ ਜਾ ਨਾ ਤਾਂ ਸਾਨੂੰ ਥੋੜਾ ਅਸੀਂ ਬੋਤਲ ਜਾਂਦੇ ਆ। ਅੱਛਾ, ਤੇ ਤੁਹਾਡਾ ਮਸਲਾ ਇਹ ਹੈ ਵੀ ਮਿਰਚਾਂ ਘੱਟ ਪਾਉਂਦੇ ਨੇ ਉਹ? ਹਾਂਜੀ ਹਾਂਜੀ, ਤਾਂ ਹਫਤਾ 'ਚ ਮਰੀਜ਼ਾਂ ਮਿਲਦਾ, ਇਸ ਤਰ੍ਹਾਂ ਮਿਲਦਾ। ਓਹੋ ਹੋ ਹੋ, ਤੇ ਕਿੱਥੇ ਨੇ ਉਹ? ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਕਰਾਓ ਜਿਹੜਾ ਗੱਲ ਤੁਹਾਡੀ ਗੱਲ ਕਰਾਈਏ ਆਪਸ 'ਚ, ਮਿਰਚਾਂ ਪਵਾਈਏ ਸਬਜ਼ੀ 'ਚ, ਕਰਾਓ ਜਿਹੜਾ ਗੱਲ। ਹਾਂਜੀ, ਹੈਲੋ, ਹੈਲੋ, ਹਾਂਜੀ, ਆ ਕੇਸ ਆਇਆ ਜੀ ਇੱਕ ਤੁਹਾਡੇ ਖਿਲਾਫ, ਇੱਕ ਕੰਪਲੇਂਟ ਆ ਜੀ। ਜੀ ਬਿਲਕੁਲ, ਮੈਂ ਸੁਣ। ਆ ਕਹਿੰਦੇ ਤੁਸੀਂ ਮਿਰਚਾਂ ਘੱਟ ਪਾਉਂਦੇ, ਕੀ ਗੱਲ? ਕਿਉਂਕਿ ਮਿਰਚਾਂ ਸੰਗੀਆਂ ਨਹੀਂ ਹੈਗੀਆਂ ਸਿਹਤ ਤੇ। ਉਹ ਐ ਕਰੋ, ਤੁਸੀਂ ਲਾਲ ਮਿਰਚਾਂ ਘੱਟ ਪਾ ਲਿਆ ਕਰੋ, ਹਰੀਆਂ ਪਾ ਲਿਆ ਕਰੋ, ਕਾਲੀਆਂ ਮਿਰਚਾਂ ਪਾ ਲਿਆ ਕਰੋ, ਉਹ ਸਿਹਤ ਲਈ ਠੀਕ ਹੁੰਦੀਆਂ ਕਹਿੰਦੇ। ਅੱਛਾ ਜੀ, ਹੈਨਾ? ਤੇ ਹੁਣ ਅੱਜ ਤੋਂ ਬਾਅਦ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਨਹੀਂ ਤਾਂ ਤੁਹਾਨੂੰ ਪਤਾ ਫਿਰ ਉਹਨਾਂ ਨੇ ਰਸੋਈਆ ਬਦਲ ਲੈਣਾ ਆਪਣਾ। ਅੱਛਾ ਜੀ, ਹੈ ਕਿ ਨਹੀਂ? ਇਸ ਤੋਂ ਪਹਿਲਾਂ ਹਨਾ ਤੁਸੀਂ ਮਿਰਚਾਂ ਹੀ ਬਦਲ ਲਓ, ਲਾਲ ਮਿਰਚਾਂ ਘੱਟ ਪਾ ਲਓ, ਹਰੀਆਂ ਤੇ ਕਾਲੀਆਂ ਜ਼ਿਆਦਾ ਪਾ ਲਓ। ਮੇਰਾ ਕਰਾਓ ਜਿਹੜਾ ਮੇਰੇ ਕਲਾਇੰਟ ਦੀ ਗੱਲ, ਮੈਂ ਉਹਨਾਂ ਨੂੰ ਪੁੱਛਿਆ। ਮੈਂ ਯੂਜ਼ ਨਹੀਂ ਕਰਦੀ, ਮੈਂ ਨਹੀਂ ਯੂਜ਼ ਕਰਦੇ, ਨਹੀਂ ਯੂਜ਼ ਕਰਦੇ, ਤਾਂ ਹੀ ਤਾਂ ਫਿਰ ਆ ਕਹਿੰਦੇ ਨੇ, ਤਾਂ ਹੀ ਤਾਂ ਕੇਸ ਕਰ ਗਏ ਤੁਹਾਡੇ ਤੇ। ਅੱਛਾ ਜੀ, ਹੈ ਐ ਸੋਲਵ ਹੋ ਗਿਆ, ਹੁਣ ਕਰਾਓ ਤੁਸੀਂ ਮੇਰੇ ਕਲਾਇੰਟ ਨਾਲ ਗੱਲ, ਮੈਂ ਫੀਸ ਵੀ ਤਾਂ ਲੈਣੀ ਉਹਨਾਂ ਕੋਲੋਂ। ਓ ਮਾਈ ਗਾਡ, ਕਿੰਨੀ ਫੀਸ ਹੈ ਤੁਹਾਡੀ? ਤੁਸੀਂ ਨਹੀਂ ਭਰਨੀ, ਉਹਨਾਂ ਨੇ ਭਰਨੀ ਕਿਉਂਕਿ ਆਪਾਂ ਕੇਸ ਜਿੱਤ ਚੁੱਕੇ ਹਾਂ। ਹੁਣ ਹੁਣ ਆਪਣੀ ਮਰਜ਼ੀ ਨਾਲ ਫੀਸ ਮੰਗਾਂਗੇ ਨਾ। ਸਾਡੀ ਮੇਲ ਆਈ ਡੀ ਆ ਰਹੀ ਹੋਣੀ, ਸਕਰੋਲ ਹੋ ਰਹੀ ਹੋਣੀ ਚੈਨਲ ਤੇ, ਹਨਾ? ਤੁਸੀਂ ਉਹਦੇ ਤੇ ਸਾਨੂੰ ਮੇਲ ਕਰ ਦੇਣੀ ਜਿੱਦਾਂ ਹੀ ਤੁਸੀਂ ਫੇਰ ਪੰਗੇ ਚ ਪਏ। ਐਕਚੁਅਲੀ ਗੱਲ ਪਤਾ ਕੀ ਹੈ, ਨਰਸ ਹੈਗੀ ਹਾਊਸਫੁੱਲ ਦੇ ਕੰਮ ਕਰਦੀ, ਸਿਆਪਾ ਹੈਗਾ ਜੀ। ਓਹੋ, ਵਿਆਹ ਤੋਂ ਬਾਅਦ ਸਿਆਪੇ ਹੀ ਸਿਆਪੇ ਹੁੰਦੇ, ਮੈਂ ਲਾ ਲਿਆ ਹਿਸਾਬ। ਹਾਂਜੀ, ਹਨਾ, ਸਾਡੇ ਕੋਲ ਸਾਰੇ ਜਿਹੜੇ ਮਸਲੇ ਨੇ ਵਿਆਹ ਤੋਂ ਬਾਅਦ ਇੰਨੇ ਮਸਲੇ ਆਉਂਦੇ ਨੇ ਨਾ, ਕੀ ਕਰੀਏ ਆਪਾਂ ਤਾਂ, ਆਪ ਸੋਲਵ ਕਰਾ ਕਰਾ ਕੇ ਨਾ ਮਤਲਬ ਬੁੜੀ ਹਾਲਤ ਹੋ ਜਾਂਦੀ। ਪਰ ਮੇਰੀ ਗੱਲ ਸੁਣੋ, ਤੁਹਾਡਾ ਕੇਸ ਸੋਲਵ ਹੋ ਗਿਆ ਨਾ? ਹਲਦੀ ਘੜੀ ਦਾ ਹੋ ਗਿਆ, ਕੱਲ ਦਾ ਫੇਰ ਪਤਾ ਚਲੋ, ਫੇਰ ਤੁਹਾਨੂੰ ਫੋਨ ਕਰ ਦਵਾਂਗੇ। ਉਹ ਤਾਂ ਠੀਕ ਆ, ਪਰ ਅੱਜ ਵਾਲੀ ਫੀਸ ਕਿੱਥੇ ਜਾਊਗੀ? ਬਿਲਕੁਲ ਬਿਲਕੁਲ, ਮੰਨ ਲੈਣਗੇ ਜੀ ਤੁਹਾਡੀ ਗੱਲ। ਤਰੀਕ ਤੇ ਹੁਣ ਵੇਲਾ ਹੋ ਗਿਆ ਜੀ ਮੇਰੇ ਤਰੀਕ ਭੁਗਤਣ ਦਾ, ਤੇ ਮੈਂ ਫਿਰ ਹਾਜ਼ਰ ਹੋਵਾਂਗੀ ਤੁਹਾਡੇ ਸਾਹਮਣੇ ਇਸੇ ਕਚਹਿਰੀ ਦੇ ਵਿੱਚ ਅਗਲੀ ਵਾਰ ਫਿਰ ਨਵਾਂ ਟੌਪਿਕ ਤੇ ਨਵੀਂ ਡਿਸਕਸ਼ਨ ਦੇ ਨਾਲ। ਹੁਣ ਮੈਨੂੰ ਦੋ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ।